ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਜਲੰਧਰ। ਦੋਸਤੋ, ਬੜੀ ਦੁੱਖ ਭਰੀ ਖਬਰ ਆ ਰਹੀ ਹੈ ਕਿ ਰੋਜ਼ੀ ਰੋਟੀ ਕਮਾਉਣ ਵਾਸਤੇ ਸੱਤ ਸਮੁੰਦਰੋਂ ਪਾਰ ਹਰ ਇੱਕ ਦਾ ਸੁਪਨਾ ਹੁੰਦਾ ਕਿ ਮੈਂ ਜਾਵਾਂ ਔਰ ਜਾ ਕੇ ਖੂਬ ਪੈਸਾ ਕਮਾਵਾਂ ਤਾਂ ਕਿ ਬਾਕੀ ਦੀ ਮੇਰੀ ਜ਼ਿੰਦਗੀ ਹੈ ਉਹ ਵਧੀਆ ਤਰੀਕੇ ਨਾਲ ਗੁਜ਼ਰ ਸਕੇ। ਲੇਕਿਨ ਦੁੱਖ ਭਰੀ ਖਬਰ ਉਦੋਂ ਆਉਂਦੀ ਹੈ ਜਦੋਂ ਉੱਥੇ ਕੁਛ ਨਾ ਕੁਛ ਵਾਪਰ ਜਾਂਦਾ ਹੈ। ਫਿਲਪਾਈਨ ਦੇ ਵਿੱਚ ਪੰਜਾਬੀ ਜ਼ਿਲ੍ਹਾ ਜਲੰਧਰ ਦੇ ਕੋਲ ਹੈ, ਆਦਮਪੁਰ ਦੇ ਕੋਲ ਨੇੜੇ ਪਿੰਡ ਹੈ। ਉੱਥੇ ਦਾ ਇੱਕ ਨੌਜਵਾਨ ਜਿਸ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ। ਕੀ ਹੈ ਪੂਰੀ ਖਬਰ, ਚੱਲਦੇ ਜਲੰਧਰ ਜਿੱਥੋਂ ਮੇਰੇ ਨਾਲ ਨਰਿੰਦਰ ਗੁਪਤਾ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਗੁਪਤਾ ਜੀ, ਕੀ ਅਪਡੇਟ ਹੈ ਇਸ ਦੁੱਖ ਭਰੀ ਖਬਰ ਨੂੰ ਲੈ ਕੇ? ਹਾਂਜੀ ਸੋਤਾ ਜੀ, ਫਿਲੀਪੀਨਸ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਹੈ ਦੇਰ ਰਾਤ ਜਿਹੜੀ ਹੈ ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਹੈ। ਉਹ ਜਿਹੜੇ ਆਮ ਦੇਖਣ ਨੂੰ ਆਉਂਦਾ ਵਾ ਕਿ ਪੰਜਾਬੀ ਨੌਜਵਾਨ ਜਿੰਨੇ ਵੀ ਹੈਗੇ ਨੇ ਫਿਲੀਪੀਨਸ ਦੇ ਵਿੱਚ ਜਿਹੜੇ ਵੀ ਜਾਂਦੇ ਨੇ ਉਹਨਾਂ ਦੀ ਹੱਤਿਆ ਜਿਹੜੀ ਹੈ ਜ਼ਿਆਦਾਤਰ ਗੋਲੀਆਂ ਮਾਰ ਕੇ ਇਸ ਲਈ ਕੀਤੀ ਜਾਂਦੀ ਹੈ ਕਿ ਉੱਥੇ ਜ਼ਿਆਦਾ ਫਰਾਸ ਦਾ ਕੰਮ ਹੁੰਦਾ ਵਾ। ਲੋਕ ਉਹਦਾ ਪਿਛਲੇ ਜਿੰਨਾ ਵੀ ਰਿਕਾਰਡ ਦੇਖ ਲਓ, ਜਿੰਨੇ ਵੀ ਨੌਜਵਾਨ ਮਰੇ ਨੇ ਸਾਰਿਆਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕੀਤੀ ਗਈ ਔਰ ਸਾਰੇ ਜਿਹੜੇ ਨੇ ਆਪਣਾ ਫਰਾਂਸ ਦੇ ਕੰਮ ਦੇ ਵਿੱਚ ਜਿਹੜੇ ਕਾਰੋਬਾਰ ਦੇ ਵਿੱਚ ਹੀ ਸੀ। ਔਰ ਇਹ ਜਿਹੜਾ ਨੌਜਵਾਨ ਆਪਣੇ ਘਰੋਂ ਰੋਜ਼ੀ ਰੋਟੀ ਕਮਾਉਣ ਵਾਸਤੇ ਗਿਆ ਸੀ ਔਰ ਉੱਥੇ ਉਹ ਜਾ ਕੇ ਕੰਮਕਾਰ 'ਤੇ ਲੱਗਾ ਸੀ ਅਤੇ ਉਹਦੇ ਜਿਹੜੇ ਪਿਤਾ ਵਾ ਕਾਫੀ ਬਿਮਾਰ ਸੀ। ਇਹ ਆਦਮਪੁਰ ਦੇ ਕੋਲ ਹਰੀਪੁਰ ਗਾਂ ਹੈਗਾ ਵਾ, ਉੱਥੋਂ ਦਾ ਨੌਜਵਾਨ ਰਹਿਣ ਵਾਲਾ ਸੀ। ਔਰ ਜਦੋਂ ਉਹਦੇ ਘਰਦਿਆਂ ਨੂੰ ਪਤਾ ਲੱਗਾ ਵੀ ਇਸ ਮੇਰੇ ਸਾਡੇ ਲੜਕੇ ਦੀ ਜਿਹੜੀ ਹੈ ਮੌਤ ਹੋ ਗਈ ਆ ਅਤੇ ਉਹਨਾਂ ਦੇ ਘਰ ਵਿੱਚ ਔਰ ਪੂਰੇ ਪਿੰਡ ਦੇ ਵਿੱਚ ਜਿਹੜਾ ਵਾ ਮਾਤਮ ਵਾਲਾ ਮਾਹੌਲ ਬਣਿਆ ਹੋਇਆ ਵਾ ਔਰ ਲੋਕਾਂ ਦੇ ਵਿੱਚ ਪੂਰੀ ਸ਼ੋਕ ਦੀ ਲਹਿਰ ਜਿਹੜੀ ਹੈ ਚੱਲ ਰਹੀ ਹੈ ਜੀ। ਉਹਦੇ ਪਿਤਾ ਜੀ ਨਾਲ ਸਾਡੀ ਗੱਲ ਹੋਈ ਸੀ, ਉਹਨਾਂ ਨੇ ਉਹਦੇ ਪਿਤਾ ਜੀ ਕਾਫੀ ਦੇਰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਨੇ ਉਹ ਜਿਹਦੇ ਕਰਕੇ ਉਹ ਬੱਚਾ ਜਿਹੜਾ ਵਾ ਬਾਹਰ ਫਿਲੀਪੀਨਸ ਦੇ ਵਿੱਚ ਗਿਆ ਸੀ ਤਾਂ ਜੋ ਮੈਂ ਆਪਣੇ ਰੋਜ਼ੀ ਰੋਟੀ ਦਾ ਕੰਮ ਕਰਕੇ ਕਮਾਈ ਕਰਕੇ। ਲੇਕਿਨ ਗੁਪਤਾ ਜੀ, ਇਹ ਕਿਸ ਦਿਨ ਦੀ ਖਬਰ ਹੈ ਕਿ ਗੋਲੀਆਂ ਮਾਰ ਕੇ ਉਸ ਬੱਚੇ ਨੂੰ ਮਾਰ ਦਿੱਤਾ ਗਿਆ? ਕਿਸ ਦਿਨ ਦੀ ਖਬਰ ਹੈ? ਕੀ ਲਾਸ਼ ਆ ਚੁੱਕੀ ਹੈ ਜਾਂ ਅਜੇ ਇੰਤਜ਼ਾਰ ਹੋ ਰਿਹਾ? ਨਹੀਂ ਬਿਲਕੁਲ ਸੋਤਾ ਜੀ, ਹਾਲੇ ਜਿਹੜੀ ਹੈ ਡੈੱਡ ਬੋਡੀ ਹਾਲੇ ਜਿਹੜੀ ਹੈ ਉਹਨਾਂ ਦੇ ਕੋਲ ਨਹੀਂ ਪਹੁੰਚੀ ਜੀ। ਔਰ ਡੈੱਡ ਬੋਡੀ ਜਿਹੜੀ ਉੱਥੋਂ ਮੰਗਵਾਉਣ ਵਾਸਤੇ ਉਪਰਾਲੇ ਕਰ ਰਹੇ ਹੈਗੇ ਨੇ ਔਰ ਉਹਨਾਂ ਦਾ ਕਹਿਣਾ ਕਿ 2-4 ਦਿਨ ਦੇ ਵਿੱਚ ਜਿਹੜੀ ਹੈ ਡੈੱਡ ਬੋਡੀ ਉਹਨਾਂ ਦੀ ਬੇਟੇ ਦੀ ਜਿਹੜੀ ਹੈ ਇੰਡੀਆ ਦੇ ਵਿੱਚ ਆ ਜਾਏਗੀ ਔਰ ਉਹਨਾਂ ਦੇ ਕੋਲ ਆ ਜਾਏਗੀ ਔਰ ਜਿਹੜਾ ਵਾ ਉਸ ਤੋਂ ਬਾਅਦ ਸੰਸਕਾਰ ਕੀਤਾ ਜਾਏਗਾ। ਲੇਕਿਨ ਫਿਲਹਾਲ ਜਿਹੜਾ ਵਾ ਕਾਫੀ ਮਾਹੌਲ ਉੱਥੇ ਜਿਹੜਾ ਵਾ ਮਾਤਮ ਦਾ ਛਾਇਆ ਹੋਇਆ ਵਾ ਔਰ ਕਾਫੀ ਉੱਥੇ ਪੂਰੇ ਪਿੰਡ ਵਾਲੇ ਜਿਹੜੇ ਸ਼ੋਕ ਦੀ ਲਹਿਰ ਦੇ ਵਿੱਚ ਆ ਜੀ। ਬਹੁਤ ਬਹੁਤ ਮਿਹਰਬਾਨੀ ਗੁਪਤਾ ਜੀ, ਤੁਸੀਂ ਅਪਡੇਟ ਦਿੱਤੀ ਆ। ਦੋਸਤੋ, ਇਸ ਸੰਬੰਧ ਵਿੱਚ ਗੁਪਤਾ ਜੀ ਨੇ ਗੱਲਬਾਤ ਕੀਤੀ ਆ ਪਰਿਵਾਰਕ ਮੈਂਬਰਾਂ ਦੇ ਨਾਲ, ਤੁਸੀਂ ਵੀ ਸੁਣ ਸਕਦੇ ਹੋ। ਗੋਲੀਆਂ ਮਾਰ ਦਿੱਤੀਆਂ, ਕਿੰਨੇ ਕੁ ਵਜੇ ਦੀ ਗੱਲ ਹੈਗੀ, ਕੱਲ੍ਹ ਦੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ? ਸਾਨੂੰ ਤਾਂ 11 ਕੁ ਵਜੇ ਪਤਾ ਲੱਗਾ ਇੱਥੇ। ਠੀਕ ਹੈ, ਅਤੇ ਹੁਣ ਜਿਹੜੀ ਹੈਗੀ ਡੈੱਡ ਬੋਡੀ ਕਿੰਨੇ ਕੁ ਦਿਨ ਤੱਕ ਆਉਂਦੇ ਗਏ? ਜਦੋਂ ਪੇਪਰ 'ਚ ਬਣਾ ਕੇ ਭੇਜਣੇ ਆ ਉਹ ਤੋਂ ਬਾਅਦ ਪਤਾ ਲੱਗੂਗਾ। ਠੀਕ ਹੈ, ਕੀ ਆ ਉਮਰ ਕੀ ਸੀ ਉਹਨਾਂ ਦੀ? 27 ਸਾਲ ਦੀ ਤਕਰੀਬਨ। ਇਹ ਕਿੰਨੇ ਕੁ ਸਾਲ ਤੋਂ ਗਿਆ ਸੀ ਬਾਹਰ? 25 ਜਨਵਰੀ ਨੂੰ ਗਿਆ ਸੀ ਸਾਲ। ਇਸੇ ਸਾਲ? ਠੀਕ ਹੈ। ਅਤੇ ਪਹਿਲਾਂ ਵੀ ਉੱਥੇ ਰਹਿੰਦਾ ਸੀਗਾ ਜਾਂ ਹੁਣੇ ਗਿਆ ਸੀ? ਨਹੀਂ ਨਹੀਂ, ਹੁਣੇ ਗਿਆ ਸੀਗਾ, ਪਹਿਲਾਂ ਸੋਨਾ ਲਈ ਕੰਮ ਕਰਦਾ ਸੀ। ਠੀਕ ਹੈ ਜੀ। ਅਤੇ ਕਾਰੋਬਾਰ ਕੀ ਸੀ ਇਹਨਾਂ ਦਾ ਉੱਥੇ? ਆਪਣਾ ਫਾਈਨੈਂਸ। ਅਤੇ ਇਹ ਘਟਨਾ ਕੀ ਮੰਨਦੇ ਹੋ ਕਿ ਘਟਨਾ ਕਿਸ ਕਰਕੇ ਹੋਈ ਉੱਧਰ? ਇਹਦੇ ਵਜ੍ਹਾ ਅਸੀਂ ਹੁਣ ਇੱਥੇ ਆਉਣੇ ਨਹੀਂ ਕੁਛ ਕਹਿ ਨਹੀਂ ਸਕਦੇ ਇਸ ਕਰਕੇ।
ਉਹਨੂੰ 7-8 ਮਹੀਨੇ ਹੋਏ ਗਏ ਨੂੰ ਹਜੇ, ਜਨਵਰੀ 27 ਤਰੀਕ ਨੂੰ ਗਿਆ। ਕੀ ਗੱਲ ਹੋਈ? ਗੱਲ ਪਤਾ ਨਹੀਂ, ਹੁਣ ਆਊਗਾ ਤਾਂ ਪਤਾ ਲੱਗੂਗਾ, ਕੋਈ ਅਸਲੀ ਮਤਲਬ ਆਪਣਾ ਬੰਦਾ ਹੋਵੇ ਤਾਂ ਫਿਰ ਤਾਂ ਪਤਾ ਲੱਗ ਸਕਦਾ। ਅਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਉਹਦੀ? ਉਹ ਫੋਨ ਕਿਸੇ ਮੁੰਡੇ ਨੇ ਕੀਤਾ। ਉਹਨਾਂ ਨੇ ਵੀ ਨਹੀਂ ਦੱਸਿਆ ਵੀ ਕੀ ਗੱਲ ਹੋਈ? ਨਹੀਂ, ਹਾਂ ਉਹਨਾਂ ਨੇ ਇਹੀ ਦੱਸਿਆ ਵੀ ਗੋਲੀ ਲੱਗ ਗਈ, ਬਸ ਹੋਰ ਨਹੀਂ ਕੁਛ। ਅਤੇ ਪੁਲਿਸ ਨੇ ਇਨਫੋਰਮ ਨਹੀਂ ਕੀਤਾ ਤੁਹਾਨੂੰ? ਨਹੀਂ ਨਹੀਂ, ਪੁਲਿਸ ਨੇ ਕੋਈ ਨਹੀਂ ਕੀਤਾ। ਤਾਂ ਹੁਣ ਉਹਨੂੰ ਇੰਡੀਆ ਲਿਆਉਣ? ਹਾਂ ਹਾਂ। ਕੀ ਕਰ ਰਹੇ ਹੋ ਤੁਸੀਂ? ਅਸੀਂ ਬੜਾ ਕਾਗਜ਼ ਭੇਜ ਕੇ ਆਏ ਹਾਂ, ਸ਼ਾਇਦ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਆ ਜਾਵੇ। ਕੀ ਕੰਮ ਕਰਦਾ ਸੀ ਉੱਥੇ? ਬਿਜ਼ਨਸ ਕਰਦਾ ਸੀ। ਕਿੰਨੇ ਸਾਲਾਂ ਦਾ ਸੀ? ਕਿੰਨੇ ਸਾਲਾਂ ਦਾ ਸੀ? ਉਹ ਸਾਲ ਸੂਲ ਤਾਂ ਖੁੱਲ੍ਹੇ ਹੀ ਆ ਉੱਥੇ, ਕਾਗਜ਼ ਪੱਕਾ ਉਹਦਾ ਪੱਕਾ ਹੋ ਗਿਆ ਸੀ। ਕਿੰਨੇ ਉਮਰ? ਉਮਰ ਉਹਦੀ ਸੀਗੀ 28 ਸਾਲ। ਮੈਰਿਡ ਸੀ? ਮੈਰਿਡ ਨਹੀਂ, ਮੈਰਿਡ ਨਹੀਂ, ਅਨਮੈਰਿਡ ਸੀ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਕਹਿ ਸਕਦੇ ਆਪਾਂ ਐਡੀ ਦੂਰ ਬੈਠੇ ਹਾਂ? ਉਹ ਗਿਆ ਨੂੰ ਤਾਂ 7-8 ਮਹੀਨੇ ਜਿੱਦਾਂ ਦੱਸੇ ਸੀ ਉਹਨਾਂ ਨੇ, ਅਤੇ ਉਹ ਪਤਾ ਨਹੀਂ ਕੀ ਗੱਲ ਹੋਈ ਆ ਜੀ। ਸਾਨੂੰ ਤਾਂ ਇਹੋ ਹੀ ਕੱਲ੍ਹ 12 ਵਜੇ ਕਰੀਬ ਆਇਆ ਫੋਨ, ਕਹਿੰਦੇ ਇੱਦਾਂ ਗੋਲੀਆਂ ਲੱਗ ਗਈਆਂ, ਆਪਣੇ ਜ਼ਖਮੀ ਹੋ ਗਿਆ। ਬਾਅਦ 'ਚ ਉਹਨਾਂ ਨੇ ਫਿਰ ਦੱਸਿਆ, ਕਹਿੰਦੇ ਵੀ ਇੱਦਾਂ ਡੈਥ ਹੋਈ ਹੈ ਜੀ। ਹੁਣ ਉਹਨੂੰ ਉਹਦੇ ਯਾਰਾਂ ਦੋਸਤਾਂ ਨਾਲ ਗੱਲ ਹੋਈ ਤੁਹਾਡੀ? ਕੋਈ ਗੱਲ ਦਾ ਪਤਾ ਲੱਗਿਆ? ਸਵੇਰੇ ਵੀ ਮੈਂ ਕੀਤੀ ਸੀ ਗੱਲਬਾਤ, ਕਹਿੰਦੇ ਵੀ ਹਜੇ ਆਪਾਂ ਪੁਲਿਸ ਨਾਲ ਗੱਲਬਾਤ ਕਰਨੀ ਆ ਕਿ ਜੋ ਟ੍ਰੇਸ ਆਊਟ ਹੁੰਦਾ ਆ ਕੀ ਹੈਗਾ, ਪਰ ਹਜੇ ਤੱਕ ਨਹੀਂ ਸਾਨੂੰ ਪਤਾ ਕੀ ਹੋਇਆ ਕੀ ਨਹੀਂ ਹੋਇਆ। ਅਤੇ ਉਹਨੂੰ ਵਾਪਸ ਲਿਆ ਕੇ ਕੀ? ਹੁਣ ਜੋ ਇੱਧਰੋਂ ਕੋਈ ਲੀਗਲ ਜਿਹੜੇ ਸੀਗੇ ਡਾਕੂਮੈਂਟਸ ਵਗੈਰਾ ਉਹ ਆਪਾਂ ਸੈਂਡ ਕੀਤੇ ਆ, ਅਤੇ ਉੱਧਰ ਹੁਣ ਜੋ ਹੋਰ ਕੋਈ ਰਿਕੁਆਇਰਮੈਂਟ ਹੋਈ ਉਹ ਭੇਜਾਂਗੇ। ਅਤੇ ਉਹੀ ਆ ਕਿ ਵੀਰ ਸ਼ੁੱਕਰਵਾਰ ਦੇ ਕਰੀਬ ਜਿਹੜੇ ਕਹਿੰਦੇ ਆ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਦੀ ਹਜੇ ਤੱਕ ਹਜੇ ਤੱਕ ਕੁਛ ਨਹੀਂ ਉਹਨਾਂ ਨੇ, ਕਿਉਂਕਿ ਜਦੋਂ ਜੋ ਜਿਹੜੇ ਆਪਣੇ ਇੱਧਰਲੇ ਹੈਗੇ ਮੁੰਡੇ ਉਹਨਾਂ ਨੇ ਗੱਲਬਾਤ ਹੋਈ ਆ, ਕਿਉਂਕਿ ਉੱਧਰ ਪੁਲਿਸ ਦੇ ਨਾਲ ਤਾਂ ਸਾਨੂੰ ਕੋਈ ਪਤਾ ਨਹੀਂ ਕੀ ਹੈਗਾ ਕੀ ਨਹੀਂ, ਤਾਂ ਉਹ ਤਾਂ ਇਹੋ ਹੀ ਕਹਿ ਰਹੇ, ਕਹਿੰਦੇ ਵੀ ਹਜੇ ਨਹੀਂ ਸਾਨੂੰ ਪਤਾ, ਉਹਨਾਂ ਤੋਂ ਪੁੱਛ ਕੇ ਹੀ ਦੱਸਾਂਗੇ ਕੌਣ ਸੀਗਾ, ਕੌਣ ਲੋਕ ਸੀਗੇ, ਕਿਹਨਾਂ ਨੇ ਕੋਈ ਲਾਗਤਬਾਜ਼ੀ ਸੀ ਕੀ ਸੀਗਾ ਕੀ ਨਹੀਂ, ਕੁਛ ਨਹੀਂ ਪਤਾ ਜੀ। ਕਿਹੜੀ ਜਗ੍ਹਾ ਰਹਿੰਦੇ ਸੀ ਭਾਈ? ਉਹ ਸੀਗਾ ਜੀ ਆਪਣੇ ਫਿਲੀਪੀਨਸ ਸੀਗੇ, ਸਿਬੂ ਸਿਟੀ। ਕਿਹੜੇ ਕੀ ਕੰਮ ਕਰਦੇ ਸੀ? ਉਹ ਕੋਈ ਆਪਣਾ ਬਿਜ਼ਨਸ ਹੀ ਸੀਗਾ ਉਹਨਾਂ ਦਾ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ।